ਇੱਕ ਮਰਾਸੀ ਦੇ ਪੁੱਤਰ ਨੂੰ ਨਾਲ ਦੇ ਪਿੰਡ 'ਚ ਇੱਕ ਕੁੜੀ ਪਸੰਦ ਆ ਗਈ ਤੇ ਉਹਨੇ ਆਪਣੇ ਪਿਓ ਨੂੰ ਰਾਜ਼ੀ ਕਰਨ ਦੀ ਬੜੀ ਕੋਸ਼ਿਸ਼ ਕੀਤੀ। ਅੱਗੋਂ ਮਰਾਸੀ ਨੇ ਉਹਦਾ ਨੁਕਸ ਕੱਢਿਆ ਕਿ ਪੁੱਤਰ ਉਹ ਗਾਲਾਂ ਬੜੀਆਂ ਕੱਢਦੀ ਹੈ, ਤੂੰ ਕੋਈ ਹੋਰ ਕੁੜੀ ਪਸੰਦ ਕਰ ਲਾ। ਹੁਣ ਪੁੱਤਰ ਉਹਦੇ ਐਪ ਤੇ ਸਫਾਈ ਪੇਸ਼ ਕਰ ਰਿਹਾ। ਅੱਬਾ ਜੀ ਨਿੱਕਾ ਜਿਹਾ ਤੇ ਸਾਡਾ ਟੱਬਰ ਏ, ਤੁਸੀਂ ਮੈਂ ਤੇ ਬੇਬੇ, ਉਹ ਵਿਚਾਰੀ ਕਿੰਨੇ ਕੁ ਲੋਕਾਂ ਨੂੰ ਗਾਲਾਂ ਕੱਢ ਲਏਗੀ। ਇੱਕ ਸਰਦਾਰ ਆਪਣੇ ਦੋਸਤ ਦੀ ਸ਼ਾਦੀ 'ਚ ਗਿਆ ਤੇ ਜ਼ਖਮੀ ਹੋ ਕੇ ਵਾਪਸ ਆ ਗਿਆ। ਕਿਸੇ ਨੇ ਵਜ੍ਹਾ ਪੁੱਛੀ ਵੀ ਕੀ ਹੋਇਆ। ਸਰਦਾਰ: ਯਾਰ ਮੈਂ ਦੋਸਤ ਦੇ ਵਿਆਹ ਤੇ ਗਿਆ ਸੀ, ਉੱਥੇ ਮੁੰਡੇ ਦੇ ਪਿਓ ਨੇ ਆਵਾਜ਼ ਲਾਈ, ਮੈਂ ਮੁੰਡੇ ਦਾ ਪਿਓ, ਕਿੱਥੇ ਆ ਕੁੜੀ ਦਾ ਪਿਓ? ਕੁੜੀ ਦਾ ਪਿਓ ਉੱਠਿਆ, ਦੋਵਾਂ ਨੇ ਇੱਕ ਦੂਜੇ ਨਾਲ ਪਗੜੀਆਂ ਬਦਲਾ ਲਈਆਂ। ਫਿਰ ਆਵਾਜ਼ ਆਈ, ਮੈਂ ਮੁੰਡੇ ਦਾ ਚਾਚਾ, ਕਿੱਥੇ ਕੁੜੀ ਦਾ ਚਾਚਾ? ਕੁੜੀ ਦਾ ਚਾਚਾ ਵੀ ਉੱਠਿਆ ਤੇ ਦੋਵਾਂ ਨੇ ਪਗੜੀਆਂ ਬਦਲ ਲਈਆਂ। ਮੇਰੇ ਕੋਲ ਰਹਿ ਨਹੀਂ ਹੋਇਆ, ਮੈਂ ਵੀ ਉੱਠ ਕੇ ਕਹਿ ਦਿੱਤਾ, ਮੈਂ ਆ ਮੁੰਡੇ ਦਾ ਯਾਰ, ਕਿੱਥੇ ਆ ਕੁੜੀ ਦਾ ਯਾਰ? ਬਸ ਇਹ ਸੁਣ ਕੇ ਫਿਰ ਪੂਰੀ ਬਰਾਤ ਮੈਨੂੰ ਮਾਰਨ ਵਾਸਤੇ ਤਿਆਰ। ਮਾਂ ਪੁੱਤਰ ਨੂੰ: ਪੁੱਤ ਮੈਂ ਰਾਤੀ ਅਲਮਾੜੀ ਦੇ ਵਿੱਚ ਦੋ ਲੱਡੂ ਰੱਖੇ ਸੀ, ਹੁਣ ਇੱਕ ਕਿਉਂ ਪਿਆ ਵਾ? ਪੁੱਤਰ ਮਾਸੂਮੀਅਤ ਨਾਲ: ਕਿਉਂਕਿ ਹਨੇਰੇ 'ਚ ਮੈਨੂੰ ਇੱਕ ਹੀ ਨਜ਼ਰ ਆਇਆ ਸੀ। ਇੱਕ ਪਠਾਨ ਜੁੱਤੀ ਅੱਗੇ ਰੱਖ ਕੇ ਤੇ ਨਮਾਜ਼ ਪੜ੍ਹਦਾ ਪਿਆ ਸੀ।